ਕਿਸ਼ਤਾਂ ਦਾ ਜਿਹੜਾ ਨਾਭਾ ਜੇਲ੍ਹ ਤੋਂ ਭੱਜਣਾ, ਇਹ ਮੈਂ ਦਵੇ ਨਾ ਕਹਿ ਸਕਦਾ ਵੀ ਇਹਨੂੰ ਲੋਕਲ ਸਪੋਰਟ ਕੋਈ ਨਹੀਂ ਹੋ ਸਕਦੀ। ਅਗਰ ਲੋਕਲ ਸਪੋਰਟ ਹੁੰਦੀ ਤੇ ਇਹ ਫਿਰ ਐਡੀ ਜਲਦੀ ਦੋ ਭਜਾਉਣ ਵਾਲਾ ਤੇ ਖੁਦ ਖਾਲਿਸਤਾਨੀ ਆਗੂ ਇਹ ਕਾਬੂ ਨਾ ਆਉਂਦੇ। ਹਾਂ, ਪਰ ਇੱਕ ਗੱਲ ਬਹੁਤ ਵੱਡਾ ਪ੍ਰਸ਼ਨ ਔਰ ਬੜਾ ਵੱਡਾ ਸਵਾਲ ਹੈ ਵੀ ਟੈਰਰਿਸਟਾਂ ਦਾ ਇਸ ਤਰੀਕੇ ਦੇ ਨਾਲ ਜੇਲ੍ਹ ਦੇ ਅੰਦਰ ਜਾਣਾ, ਬੰਦੂਕਾਂ ਲੈ ਕੇ ਜਾਣਾ ਔਰ ਫਾਇਰਿੰਗ ਕਰਨੀ, ਇਹ ਸਾਡੇ ਲਈ ਇੱਕ ਬੜਾ ਪ੍ਰਸ਼ਨ ਚਿੰਨ੍ਹ ਔਰ ਬਹੁਤ ਵੱਡਾ ਸਵਾਲ ਹੈ। ਪਾਕਿਸਤਾਨ ਇਸ ਵੇਲੇ ਬਿਲਕੁਲ ਬੁਖਲਾ ਚੁੱਕਿਆ। ਕਸ਼ਮੀਰ ਦੇ ਵਿੱਚ ਜਿਸ ਤਰ੍ਹਾਂ ਨੋਟਬੰਦੀ ਦਾ ਬੜਾ ਵੱਡਾ ਅਸਰ ਹੋਇਆ, ਪੱਥਰਬਾਜ਼ੀ ਬੰਦ ਹੋਈ, ਮੈਨੂੰ ਲੱਗਦਾ ISI ਨੇ ਨਵਾਂ ਆਰਮੀ ਦਾ ਜਿਹੜਾ ਚੀਫ ਆਇਆ, ਮੈਨੂੰ ਲੱਗਦਾ ਉਹਨਾਂ ਨੇ ਪੰਜਾਬ ਦੀ ਤਰਫ ਇਹ ਰੁਖ ਕੀਤਾ। ਮੋਬਾਈਲ ਫੋਨ, ਲੋਕਲ ਕਿਤੇ ਨਾ ਕਿਤੇ ਸਪੋਰਟ, ਇਨਫੋਰਮੇਸ਼ਨ ਹਰ ਟਾਈਮ ਤੇ ਮਿਲਣੀ, ਉਹ ਸਾਡੀ ਜਿਹੜੀ ਸੁਰੱਖਿਆ ਤੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲੱਗਦਾ। ਇਸ ਕਰਕੇ ਜਿਸ ਤਰ੍ਹਾਂ ਏਅਰਪੋਰਟ ਹੋਰ ਜਗ੍ਹਾ ਦੇ ਉੱਤੇ ਸੁਰੱਖਿਆ ਇੰਨੀ ਟੈਰਰਿਸਟਾਂ ਨੂੰ ਨਿਗਰਾਨੀ ਰੱਖਣ ਲਈ ਲਗਾਈ ਤੇ ਜਿੱਥੇ ਟੈਰਰਿਸਟ ਬੰਦ ਨੇ ਖਤਰਨਾਕ, ਜੇ ਅੰਦਰ ਪਲੈਨਿੰਗ ਬਣਾਉਣ ਲੱਗ ਪੈਣ ਅੱਜ ਕੱਲ੍ਹ ਦੇ ਮਾਡਰਨ ਤਰੀਕੇ ਦੇ ਨਾਲ, ਤੇ ਮੈਂ ਸਮਝਦਾ ਇਹ ਖਤਰੇ ਦਾ ਰੂਪ ਧਾਰਨ ਕਰੇਗਾ CRPF ਜਾਂ CISF ਨੂੰ। ਜਿੱਥੇ ਵੀ ਟੈਰਰਿਸਟ ਨੇ, ਹਰ ਸਟੇਟ 'ਚ ਇੱਕ ਇੱਕ ਜੇਲ੍ਹ ਅਲੱਗ ਬਣੇ। ਸਾਨੂੰ ਪੋਲੀਟੀਕਲ ਪਾਰਟੀਆਂ ਨੂੰ ਇਹ ਸੋਚ ਲੈਣਾ ਚਾਹੀਦਾ, ਇਲਜ਼ਾਮਬਾਜ਼ੀ ਇੱਕ ਦੂਜੇ 'ਤੇ ਲਾਉਣ ਦੇ, ਫਲਾਣਾ ਢਿੰਗੜਾ, ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਲੈਕਸ਼ਨ ਹੁਣ ਸਾਰਿਆਂ ਨੇ ਲੜਨੀ ਹੈ, ਹਰ ਪਾਰਟੀ ਨੇ ਇਲੈਕਸ਼ਨ ਲੜਨੀ ਹੈ। ਇਸ ਮੁੱਦੇ 'ਤੇ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋਣ।